ਅਸੀਂ ਤੁਹਾਡੇ ਬੱਚੇ ਆ ਜੀ ਦੇਖੋ ਇਹ ਸਰੀਰ ਇਹਨੇ ਜਿਹੜਾ ਮੈਂ ਕਹਿੰਦਾ ਪਰਮਾਤਮਾ ਅਗਰ ਇਹ ਉਤਰ ਕੇ ਵੀ ਤੁਹਾਡੇ ਚਰਨਾਂ ਚ ਹੋ ਜਾਏ ਨਹੀਂ 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 ਨਾ 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 ਤੁਸੀਂ ਸਾਡੇ ਪਿਓ ਜੀ ਬਹੁਤ ਮੈਂ ਰਚ ਨਹੀਂ ਸਕਦਾ ਵੀ ਮੈਂ ਸੁਣਨੇ ਕਿੰਨਾ ਮੇਰਾ ਮਾਣ ਕਰੇ हेलो सत श्री अकाल जी सारिआं नूं असीं तुहाडी अपनी नरूला फैमिली अज दा जिहड़ा व्लॉग हैगा जी अज दा व्लॉग हैगा एक बाबा जी उहनां दी वीडियो बहुत वायरल हो रही आ काफ़ी नीडी फैमिली आपां उहनां कोल जा रहे हैं बाकी तुहानूं दिखाने आ उहनां दे घर दे हालात उहनां दी तुसीं भी हैल्प करिओ सारे जाने चाहे 500, 1000, 200, 300 जदों असीं उत्थे जावांगे तुहानूं पता लग जूगा कि किन्नी मुसीबत ने उह जरूर उहनां दी हैल्प करिओ जी इन्हां दी हैल्प करन लई सानूं स्पैशल रीत दा मैसेज आया सी फोन भी आया सी कहिंदी पापा उहनां दी जरूर हैल्प करके आओ इन्हां दा आया पापा प्लीज़ इन्हां दी हैल्प करो मेरी नैक्सट पेमेंट नाल बच्चे होन तां इदां दे जी आ रीत दी आई डी आ रीत ने मैसेज किया ही मैनूं सैटरडे नूं मैसेज आया सी 9:38 ते सवेरे ते बट असी सीगे शिमले तां करके असी लेट हो गए जाण दे विच ते अज चले आ अर्शरीत जी तुहाडी विश पूरी करन लगे आ लो जी हुण आपां पहुंच गए आ इत्थे सनौर हां सनौर पिंड पहुंच गए आ जी बाबा जी कोले आपां ते हुण असी उहनां दे घरे जा रहे आ ते तुहानूं दिखाउणे आ असी जा के इत्थे नेड़े ही हुंदा दा नाल बंदा बहुत लामा ही चलता है कैमरामैन जी बस बड़ा मन भरिया जो देखी ना वीडियो बाबा जी फिर मैं इन्हां नूं फोन लाया इन्हां दे बड़े वधिया कहिंदे जी तुहाडी मर्जी आ वा थोड़ा मोटा राशन नहीं चाहिदा आपां नूं नहीं नहीं बंदा लालच कर जांदा मैं देखदा जी आपां दा माता जी नूं जान देणी पौगी आपां कहिंदे जो तुसीं कहा ना कि आपां नूं तां थोड़ा जिहा राशन ही चाहिदा बस नहीं लोग कई हुंदे वी अलग अलग कहिंदा वी बदाम बदूम मरबा लिया जेडी चीजा मेन घरे थोड़े काम मेन काम जीरी जूरी लाते सब्जी भाजी बदलते थे जी है जी बुढ़ापा बड़ा वधिया निकल जाए अकाउंट च 5-4 लाख रुपया आ जाए बुढ़ापा बड़ा सोहना निकल जाए देखो जी थोड़े जवाक थोड़े नाल खड़े आ असी नरूला फैमिली हमेशा थोड़े नाल तुहानू नंबर भी देके जाऊंगा कदी दवाई दी लोड़ होवे चीज खत्म हुंदी आ कुछ तुहानू चाहिए सानू कॉल करो
बाकी मेरे ख्याल नौबत नहीं आनी, अपने फैनस है बहुत ज्यादा फैन फॉलोइंग बच्चों की, तो उन्होंने थानू पैसा उस हिसाब न एडजस्ट कर देना, थोड़े अकाउंट च आ जाना, थोड़ा गूगल पे चलता ना मुंडा नहीं है ਘਰ ਦੀ ਹਾਲਤ ਵੀ ਠੀਕ ਠੀਕ ਹੈ ਆਪਣਾ ਘਰ ਹੀ ਹੈ ਤੇ ਸ਼ੁਕਰ ਹੈ ਜੀ ਘਰ ਆਪਣਾ ਕਿਰਾਇਆ ਤੇ ਨਹੀਂ ਤੁਰਨਾ ਪੈਂਦਾ ਸੋ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਇਨਸਾਨੀਅਤ ਹਜੇ ਜ਼ਿੰਦਾ ਹੈ ਸੋ ਉਹੀ ਗੱਲ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇਨਸਾਨੀਅਤ ਉਹੀ ਹੈ ਕਿ ਤੁਸੀਂ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਜਾਓ ਨਰੁੱਲਾ ਫੈਮਿਲੀ ਤੋਂ ਇੱਥੇ ਪਹੁੰਚੇ ਨੇ ਖੁਦ ਇੱਥੇ ਆਏ ਆ ਇਹਨਾਂ ਦੀ ਮਦਦ ਕਰਨ ਲਈ 5-7 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ ਔਰ ਇਹ ਵੀ ਆਸ਼ਵਾਸਨ ਦਿੱਤਾ ਵੀ ਕਦੇ ਵੀ ਜ਼ਰੂਰਤ ਪਵੇ ਅਸੀਂ ਤੁਹਾਡੇ ਨਾਲ ਆ ਕਪਿਲ ਜੀ ਮੇਰੇ ਨਾਲ ਹੈ ਕਪਿਲ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਸੀਂ ਗਾ ਕਿਉਂਕਿ ਤੁਸੀਂ ਲੁਧਿਆਣੇ ਬੈਠੇ ਹੋ ਇਹ ਪਟਿਆਲਾ ਦੇ ਇੱਕ ਛੋਟੇ ਜਿਹੇ ਪਿੰਡ ਸਨੌਰ 'ਚ ਬੈਠੇ ਹੋ ਇੱਦਾਂ ਜੀ ਸਾਡੀ ਨਾ ਇੱਕ ਤਾਂ ਫੈਨ ਫੋਲੋਇੰਗ ਕਾਫੀ ਆ ਜਿਵੇਂ ਕੋਈ ਵੀਡੀਓ ਵਾਇਰਲ ਹੁੰਦੀ ਆ ਉਹ ਮੈਨੂੰ ਟੈਗ ਕਰ ਦਿੰਦੇ ਆ ਜੀ ਇਸ ਵਾਰ ਕੀ ਹੋਇਆ ਮੇਰੀ ਬੇਟੀ ਆ ਰੀਤ ਉਹ ਹੈਗੀ ਆ ਬਾਹਰ ਉਹਨੂੰ ਕਿਸੇ ਨੇ ਵੀਡੀਓ ਭੇਜੀ ਬਾਰ ਬਾਰ ਉਹਨੇ ਵੀਡੀਓ ਦੇਖੀ ਅਤੇ ਉਹਨੇ ਕੀ ਕੀਤਾ ਉਹਨੇ ਕਿਹਾ ਮੈਨੂੰ ਮੈਂ ਤੁਹਾਨੂੰ ਪੜ੍ਹਾਉਣਾ ਇਹ ਕਿੱਦਣ ਦਾ ਹੈਗਾ ਇੰਸੀਡੈਂਸ ਇਹ ਹੈਗਾ ਜੀ ਅਰਸ਼ਰੀਤ ਕੌਰ ਇਹਨੇ ਮੈਨੂੰ ਮੈਸੇਜ ਕੀਤਾ ਸੈਟਰਡੇ ਨੂੰ ਜੀ ਸ਼ਨੀਵਾਰ ਦਾ ਮੈਸੇਜ ਆਇਆ ਪਾਪਾ ਪਲੀਜ਼ ਇਹਨਾਂ ਦੀ ਹੈਲਪ ਕਰ ਦਿਓ ਮੇਰੀ ਨੈਕਸਟ ਪੇਮੈਂਟ ਨਾਲ ਓਕੇ ਜਿਹੜੀ ਉਹਨੂੰ ਯਾਨੀ ਕਿ ਹੁਣ ਉਹ ਜੋਬ ਵੀ ਕਰਦੀ ਆ ਜਿਹੜੀ ਉਹਨੂੰ ਪੇਮੈਂਟ ਆਈ ਉਹ ਕਹਿੰਦੀ ਕਿ ਇਹਨਾਂ ਦੀ ਤੁਸੀਂ ਹੈਲਪ ਕਰਕੇ ਆਓ ਜੀ ਕਿਉਂਕਿ ਬਾਈ ਜੀ ਬੜੇ ਪਿਆਰ ਨਾਲ ਬੜੇ ਵੀ ਜਿਵੇਂ ਇਹਨਾਂ ਨੂੰ ਕਿਸੇ ਨੇ ਪੁੱਛਿਆ ਪੱਤਰਕਾਰ ਆਏ ਤੁਹਾਡੇ ਕੋਲ ਕੋਈ ਉੱਥੇ ਕਿਸੇ ਪੱਤਰਕਾਰ ਨੇ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਕਿ ਇਹੋ ਜਿਹੀਆਂ ਸਟੋਰੀਆਂ ਕਰਨੀਆਂ ਚਾਹੀਦੀਆਂ ਆਪਾਂ ਨੂੰ ਕਿ ਜਿਹੜੇ ਦੇਖੋ ਸਾਰਾ ਪੰਜਾਬ ਇੱਕ ਆ ਆਪਾਂ ਲੰਗਰ ਲਾਉਂਦੇ ਹਾਂ ਆਪਾਂ ਕੀ ਨਹੀਂ ਕਰਦੇ ਮੈਂ ਜਿਹੜੇ ਵੱਡੇ ਵੱਡੇ ਅਮੀਰ ਧਨਾੜ ਬੰਦੇ ਆ ਜਿਹੜੇ ਆਪਦੀ ਬੇਟੀ ਦੇ ਵਿਆਹ ਦੇ 60-60 ਲੱਖ ਲਾ ਦਿੰਦੇ 50-50 ਲੱਖ ਲਾ ਦਿੰਦੇ ਆ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕਰਦਾ ਆਪਦੇ ਆਲੇ ਦੁਆਲੇ ਝਾਤੀ ਮਾਰ ਲਿਆ ਕਰਨ ਵੀ ਆਪਾਂ ਕਿਸੇ ਲਈ ਦੇਖਿਆ ਜਾਵੇ ਤਾਂ ਆਹ 10-12 ਹਜ਼ਾਰ ਦਾ ਸਮਾਨ ਆ ਸਾਰੇ ਇਹਨਾਂ ਲਈ ਜ਼ਿੰਦਗੀ ਆ ਬਿਲਕੁਲ 10-12 ਹਜ਼ਾਰ ਇਹਨਾਂ ਲਈ ਬਹੁਤ ਵੱਡੀ ਗੱਲ ਆ ਹੁਣ ਮੇਰਾ ਪਿਓ ਹੋਵੇ ਆਹ ਉਮਰੇ ਕੰਮ ਕਰਦਾ ਚੰਗਾ ਨਹੀਂ ਲੱਗੂਗਾ ਆਹ ਉਮਰੇ ਸਾਈਕਲ ਤੇ ਜਦੋਂ ਇਹਨਾਂ ਨੇ ਦੱਸਿਆ ਵੀ ਮੈਂ 18 ਕਿਲੋਮੀਟਰ ਸਾਈਕਲ ਤੇ ਜਾਂਦਾ ਆਪਣਾ ਤਾਂ ਦਿਲ ਨਿਕਲਦਾ ਜੀ ਵੀ ਆਹ ਉਮਰੇ ਵੀ ਬੰਦਾ ਵੀ ਏਦਾਂ ਕੰਮ ਫਿਰ ਜਦੋਂ ਮੈਨੂੰ ਬੇਟੀ ਨੇ ਸੁਨੇਹਾ ਭੇਜਿਆ ਵੀ ਕਹਿੰਦੀ ਇਹਨਾਂ ਦੀ ਹੈਲਪ ਕਰਕੇ ਆਓ ਮੈਂ ਸੀ ਸ਼ਿਮਲੇ ਤੇ ਮੈਂ 3 ਦਿਨ ਬਹੁਤ ਔਖੇ ਕੱਢੇ ਉੱਥੇ ਵੀ ਆਉਣਾ 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 ਜਿਵੇਂ ਹੀ ਅਸੀਂ ਉੱਥੋਂ ਆਏ ਹਾਂ ਕੱਲ੍ਹ ਮੈਂ ਆਉਣਾ ਸੀ ਕੱਲ੍ਹ ਸਾਡੇ ਕੋਲ ਇੱਕ ਮਰੀਜ਼ ਆ ਗਿਆ ਸੀ ਉਹਨੂੰ ਲੈ ਕੇ ਫਰੀਦਕੋਟ ਜਾਣਾ ਪੈ ਗਿਆ ਉੱਥੋਂ ਰਾਤੀ 2:30 ਵਜੇ ਆਇਆ ਵਾਂ ਸਵੇਰੇ ਉੱਠ ਕੇ ਅਸੀਂ ਨਾਲ ਹੀ ਸਮਾਨ ਲਿਆਂਦਾ ਆ ਬਾਈ ਜੀ ਹੁਣ ਇਹਨਾਂ ਨੂੰ ਪੈਸੇ ਵੀ ਦੇ ਕੇ ਜਾਵਾਂਗੇ ਪੈਸੇ ਤਾਂ ਦੇਵਾਂਗੇ ਦਵਾਈ ਬੂਟੀ ਦਾ ਇਹਨਾਂ ਦਾ ਚਲੋ ਚੱਲਦਾ ਰਹੇ ਸਮਾਨ ਦੇ ਤਾਂ ਨਾਲ ਇਹਨਾਂ ਦੀ ਅਸੀਂ ਵਲੌਗ ਬਣਾ ਰਹੇ ਹਾਂ ਸਾਡਾ ਕੀ ਇੱਕ ਵਲੌਗਿੰਗ ਚੈਨਲ ਆ ਨਰੂਲਾ ਫੈਮਿਲੀ ਸਿਮਰਨ ਨਰੂਲਾ ਸਾਡੇ 3-4 ਵਲੌਗਿੰਗ ਚੈਨਲ ਆ ਅਸੀਂ ਉਹ 'ਤੇ ਵਲੌਗ ਪਾ ਦੇਣਾ ਇਹਨਾਂ ਦਾ ਗੂਗਲ ਪੇ ਦੇ ਦੇਣਾ ਇਹਨਾਂ ਦਾ ਹੀ ਬੈਂਕ ਅਕਾਊਂਟ ਦੇ ਦੇਣਾ ਸਾਡਾ ਵਿੱਚ ਕੁਛ ਨਹੀਂ ਹੋਣਾ ਇਹਨਾਂ ਨੂੰ ਹੀ ਆਉਣੇ ਆ ਜੋ ਆਉਣੇ ਆ ਅਤੇ ਸਾਰਿਆਂ ਨੂੰ ਫਿਰ ਮੈਂ ਇੱਕ ਰਿਕੁਐਸਟ ਕਰਦਾ ਤੁਸੀਂ ਵੀ ਆਪਦੇ ਚੈਨਲ ਦੇ ਥੱਲੇ ਇਹਨਾਂ ਦਾ ਗੂਗਲ ਪੇ ਪਾਇਓ ਕਿ ਇਹਨਾਂ ਨੂੰ 500, 1,000, 2,000 ਜਿੰਨਾ ਵੀ ਤੁਸੀਂ ਪਾ ਸਕਦੇ ਹੋ ਜਿਹਦੇ ਨਾਲ ਇਹਨਾਂ ਕੋਲ 3-4 ਲੱਖ ਰੁਪਇਆ ਇਕੱਠਾ ਹੋ ਜੇ ਚਲੋ ਇਹਨਾਂ ਦੀ ਜ਼ਿੰਦਗੀ ਸੋਹਣੀ ਲੱਗੇ ਜੀ ਤੁਸੀਂ ਬਹੁਤ ਅੱਛੀ ਗੱਲ ਕਹੀ ਮੈਂ ਵੀ ਇਹੀ ਗੱਲ ਕਰ ਰਿਹਾ ਸੀ ਕਿ ਇਨਸਾਨੀਅਤ ਅਜੇ ਹੈਗੀ ਹੈ ਤੁਸੀਂ ਦੇਖੋ ਲੁਧਿਆਣਾ ਤੋਂ ਇੱਥੇ ਤੁਰ ਕੇ ਆਏ ਹੋ ਬੇਟੀ ਨੇ ਤੁਹਾਡੀ ਨੇ ਵਿਦੇਸ਼ ਤੋਂ ਤੁਹਾਨੂੰ ਮੈਸੇਜ ਘੱਲਿਆ ਮਤਲਬ ਇਨਸਾਨੀਅਤ ਉਹਨਾਂ ਦੇ ਅੰਦਰ ਜ਼ਿੰਦਾ ਤੁਸੀਂ ਫਿਰ ਉਸਦੀ ਪਾਲਣਾ ਵੀ ਕਰ ਰਹੇ ਹੋ ਵੱਡੀ ਗੱਲ ਇਹ ਹੈ ਕਿ ਬਜ਼ੁਰਗ ਬੜੇ ਇਮਾਨਦਾਰ ਨੇ ਬਹੁਤ ਇਮਾਨਦਾਰ ਨੇ ਕਿਉਂਕਿ ਕਿਸੇ ਸੱਜਣ ਦਾ ਇਹਨਾਂ ਨੂੰ ਫੋਨ ਆਇਆ ਸਾਡੀ ਵੀਡੀਓ ਤੋਂ ਬਾਅਦ ਕਿ ਅਸੀਂ ਤੁਹਾਨੂੰ ਇੱਕ ਮੋਟਰਸਾਈਕਲ ਦੇ ਦਿੰਦੇ ਸਾਡੇ ਘਰੇ ਖੜਾ ਕਿਉਂਕਿ ਸਾਈਕਲ ਤੇ ਤੁਸੀਂ 18 ਕਿਲੋਮੀਟਰ ਸਫ਼ਰ ਕਰ ਇਹਨਾਂ ਨੇ ਨਹੀਂ ਸੋਚਿਆ ਮੋਟਰਸਾਈਕਲ ਲੈ ਕੇ ਰੱਖਣਾ ਜਾਂ ਉਹਨੂੰ ਮੈਂ ਵੇਚਦਾ ਜਾਂ ਕੁਛ ਕਰਨਾ ਹਨਾ ਇਹਨਾਂ ਨੇ ਉਸਨੂੰ ਕਿਹਾ ਕਿ ਬਈ ਮੈਂ ਤਾਂ ਸਾਈਕਲ ਜੋਗਾ ਸਾਈਕਲ ਹੀ ਚਲਾ ਸਕਦਾ ਮੈਂ ਮੋਟਰਸਾਈਕਲ ਚਲਾ ਨਹੀਂ ਸਕਦਾ ਇਸ ਕਰਕੇ ਮੈਨੂੰ ਚਾਹੀਦਾ ਨਹੀਂ ਜਦੋਂ ਤੁਸੀਂ ਗੱਲ ਕੀਤੀ ਸੀ ਤੁਸੀਂ ਗੱਲ ਕੀਤੀ ਸੀ ਤੁਸੀਂ ਤੁਹਾਡੇ ਨਾਲ ਵੀ ਇਹੀ ਕੁਛ ਹੋਇਆ ਇਸ ਤਰ੍ਹਾਂ ਦਾ ਮੈਂ ਇਹਨਾਂ ਨੂੰ ਜੀ ਕਾਲ ਕੀਤੀ ਮੈਂ ਕਿਹਾ ਵੀ ਸਰਦਾਰ ਜੀ ਤੁਹਾਨੂੰ ਕੀ ਚੀਜ਼ ਦੀ ਲੋੜ ਆ ਵੀ ਤੁਹਾਨੂੰ ਕਿਤੋਂ ਪੇਮੈਂਟ ਆਈ ਕਹਿੰਦੇ ਜੀ 2-3 ਹਜ਼ਾਰ ਰੁਪਏ ਮੈਨੂੰ ਆਇਆ ਵਾ ਬਾਹਲਾ ਨਹੀਂ ਆਇਆ ਗਾ ਬਸ ਮੈਨੂੰ ਤਾਂ ਸੌਦਾ ਪਤਾ ਹੀ ਚਾਹੀਦਾ ਬਸ ਹੋਰ ਆਪਾਂ ਕੀ ਕਰਨਾ ਫਿਰ ਮੈਂ ਇਹਨਾਂ ਨੂੰ ਦੁਬਾਰਾ ਪੁੱਛਿਆ ਮੈਂ ਕਿਹਾ ਜੀ ਵੀ ਪੈਸਾ ਤੇ ਆਪਾਂ ਕੀ ਕਰਨਾ ਬਸ ਸੌਦਾ ਪਤਾ ਮਿਲ ਜੇ ਬਸ ਬਹੁਤ ਆ ਯਾਨੀ ਕਿ ਇੱਕ ਠਰਮੇ ਵਾਲੇ ਇੱਕ ਇਮਾਨਦਾਰ ਵੀ ਆਏ ਵੀ ਨਹੀਂ ਵੀ ਲਾਲਚ ਕਰ ਲਿਆ ਲਿਆ ਜੀ ਦੇ ਜੋ ਜੀ ਬਿਲਕੁਲ ਇਹ ਗੱਲ ਠੀਕ ਹੈ ਬਜ਼ੁਰਗੋ ਠੀਕ ਲੱਗ ਰਿਹਾ ਅੱਜ ਲੁਧਿਆਣੇ ਤੁਰ ਕੇ ਆਈਏ ਤੁਹਾਨੂੰ ਲੱਗਦਾ ਵੀ ਹੁਣ ਲੋਕ ਤੁਹਾਡੇ ਨਾਲ ਜੁੜਨਗੇ ਤੁਹਾਡਾ ਜਿਹੜਾ ਵੱਡਾ ਬਹੁਤ ਸੈੱਟ ਹੋ ਜੀ
ਬਸ ਮੇਰਾ ਬੁਢਾਪੇ ਦਾ ਹੀ ਹੈ ਜੀ, ਮੇਰੇ ਨੇ ਜ਼ਿੰਦਗੀ ਕੱਟ ਲਈ ਜੀ, ਹੋਰ ਮੇਰਾ ਕੋਈ ਆਸਰਾ ਨਹੀਂ। ਤੁਸੀਂ ਵੀ ਹੈ ਜਾਂ ਬਾਬੂ ਜੀ ਖੜ੍ਹੇ ਹੋ, ਗੁੱਡੀਆਂ ਭੈਣਾਂ ਖੜ੍ਹੀਆਂ, ਮੈਂ ਤਾਂ ਬਚ ਗਿਆ ਜੀ, ਬਚਾ ਤਾ ਤੁਸੀਂ, ਤੁਹਾਨੂੰ ਬਾਅਦ ਕਰਦਾ ਮੈਂ ਇਹਨਾਂ ਦਾ ਵੀ ਹੈ ਪਰਮਾਤਮਾ ਬਾਦਸ਼ਾਹ ਰੱਬ ਕਿਸੇ ਦੇ ਸਹਾਰੇ ਖੜ੍ਹੇ ਜੀ 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 ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ। ਨਹੀਂ ਸਾਡਾ ਤਾਂ ਕੋਈ ਬੁਰਾ ਹਾਲ ਤਾਂ ਜੀ, ਅਸੀਂ ਤਾਂ ਕੋਈ ਜ਼ਿੰਦਗੀ ਨਹੀਂ ਸੀ ਸਾਡੀ, ਸਰ ਨਰਕ 'ਚ ਜੀ ਰਹੇ ਜੀ। ਨਹੀਂ ਨਹੀਂ ਬਾਬਾ, ਰੋਟੀ ਤੋਂ ਵੀ ਜਦੋਂ ਬੰਦਾ ਤਰਸ ਜਾਂਦਾ ਨਾ ਜੀ, ਫਿਰ ਨਰਕ ਲੱਗਦਾ, ਕਿਉਂਕਿ ਰੋਟੀ ਤੋਂ ਵੀ ਤਰਸ ਹੈ ਜੀ। ਤਿੰਨ ਦਿਨ ਭੁੱਖਾ ਰਿਹਾ, ਇਹ ਵੀ ਮੈਂ ਰੋਟੀ 6-7 ਵਜੇ ਨਿਕਲਦਾ ਤਾ ਜੀ, ਹੁਣ ਇਹਨੂੰ ਮੈਂ ਕਦੋਂ ਰੋਟੀ ਪਕਾ ਕੇ ਦਿੰਦਾ ਜੀ। ਬਾਬਾ ਜੀ ਤੁਸੀਂ ਟੈਨਸ਼ਨ ਨਾ ਲਓ, ਤੁਹਾਨੂੰ ਇੱਕ ਨਾ ਬਾਬਾ ਜੀ ਨਾ 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 ਬਾਬਾ ਜੀ ਨਾ 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 ਅਸੀਂ ਤੁਹਾਡੇ ਬੱਚੇ ਹਾਂ ਜੀ, ਦੇਖੋ 3 ਗੁੱਡੀਆਂ ਸੀ, ਚੌਥਾ ਮੁੰਡਾ ਆ ਗਿਆ ਤੁਹਾਡਾ, ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਹਾਨੂੰ ਇੱਕ ਨੰਬਰ ਦਊਂਗਾ, ਜ਼ਿੰਦਗੀ 'ਚ ਕਦੀ ਲੋੜ ਪਵੇ ਕਿੱਦਾਂ ਦੀ ਲੋੜ ਪਵੇ, ਬਾਕੀ ਤੁਹਾਡੇ ਅਕਾਊਂਟ 'ਚ ਹੁਣ ਪੈਸੇ ਵੀ ਲਾਜ਼ਮੀ ਆਉਣਗੇ, ਕਿਉਂਕਿ ਸਾਨੂੰ ਪਿਆਰ ਕਰਨ ਵਾਲੇ ਬਹੁਤ ਆ, ਉਹ ਆਪੇ ਹੀ 500 1000 1500 ਕਰਕੇ, ਜਦੋਂ 500 ਬੰਦੇ ਨੇ 500 ਪਾਤਾ, ਕਿੱਥੇ ਗੱਲ ਚਲੀ ਜਾਂਦੀ। ਅਤੇ ਦੇਖੋ ਜੀ, ਇਮਾਨਦਾਰੀ ਨਾਲ ਪਾ ਦੇ ਜਾਂ ਰੁਪਈਆ ਪਾ ਦੇ ਜੀ, ਛਿਆਨੀ ਪਾ ਦੇ, 2 ਰੁਪਏ ਪਾ ਦੇ ਜੀ, ਮਾਨ ਤੋਂ ਤਾਂ ਬੜੀ ਕੋਈ ਚੀਜ਼ ਨਹੀਂ ਜੀ। ਬੇਫਿਕਰ ਹੋ ਜੀ, ਨਹੀਂ ਜੀ ਬਹੁਤ ਮਦਦ ਕਰਨਗੇ ਲੋਕ, ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਡੋਨੇਸ਼ਨ ਕਰਦੇ ਹੋ, ਬਹੁਤ ਸਾਰੇ ਮੰਦਰ ਗੁਰਦੁਆਰੇ ਹੋਰ ਧਾਰਮਿਕ ਸਥਾਨਾਂ ਦੇ ਉੱਤੇ ਮਦਦ ਕਰਦੇ ਹੋ। ਦੋਸਤੋ, ਅਸਲ ਮਦਦ ਦੀ ਜ਼ਰੂਰਤ ਇੱਥੇ ਹੈ, ਜਿਨ੍ਹਾਂ ਨੂੰ 2 ਡੰਗ ਦੀ ਰੋਟੀ ਦੀ ਥੋੜ੍ਹ ਹੈ, ਰੋਟੀ ਚਾਹੀਦੀ ਹੈ ਇਲਾਜ ਲਈ, ਦਵਾਈ ਮੰਦਰ ਗੁਰਦੁਆਰੇ ਹੋਰ ਧਾਰਮਿਕ ਸਥਾਨਾਂ ਦੇ ਉੱਤੇ ਮਦਦ ਕਰਦੇ ਹੋ। ਦੋਸਤੋ, ਅਸਲ ਮਦਦ ਦੀ ਜ਼ਰੂਰਤ ਇੱਥੇ ਹੈ, ਜਿਨ੍ਹਾਂ ਨੂੰ 2 ਡੰਗ ਦੀ ਰੋਟੀ ਦੀ ਥੋੜ੍ਹ ਹੈ, ਰੋਟੀ ਚਾਹੀਦੀ ਹੈ ਇਲਾਜ ਲਈ, ਦਵਾਈ ਬੁੱਟੀ ਚਾਹੀਦੀ ਹੈ। ਮਾਤਾ ਜੀ ਪਹਿਲਾਂ ਕੰਮ ਕਰਦੇ ਸੀ, ਪਰ ਜਦੋਂ ਦਿਹਾੜੀ ਦੱਪੇ ਤੋਂ ਵੀ ਬਹਿ ਗਏ, ਘਰ ਰਹਿ ਗਏ, ਇਸ ਕਰਕੇ ਦਿੱਕਤ ਆਈ ਹੈ। ਸੋ ਅਸੀਂ ਤੁਹਾਡਾ ਬਹੁਤ ਥੈਂਕਸ ਕਰਦੇ ਹਾਂ ਕਪਿਲ ਜੀ, ਕਿ ਤੁਸੀਂ ਇਨਸਾਨੀਅਤ ਦੀ ਜਿਹੜੀ ਮਿਸਾਲ ਆ ਉਹ ਕਾਇਮ ਕੀਤੀ ਹੈ। ਵੈਸੇ ਤੁਸੀਂ ਬਹੁਤ ਸਾਰੇ ਲੋਕਾਂ ਦੀ ਮਦਦ ਕਰਦੇ ਹੋ, ਪਰ ਇੱਥੇ ਆ ਕੇ ਤੁਸੀਂ ਇਹ ਵੀ ਦੱਸਿਆ ਵੀ ਤੁਹਾਡੇ ਲਈ ਦੂਰੀ ਵੀ ਕੋਈ ਵੱਡੀ ਚੀਜ਼ ਨਹੀਂ ਹੈ, ਕਿਉਂਕਿ ਬਹੁਤ ਦੂਰ ਹੈ ਪਟਿਆਲਾ, ਅਸੀਂ ਰਾਜਸਥਾਨ ਤੱਕ ਚਲੇ ਜਾਂਦੇ ਹਾਂ ਜੀ। ਕਈ ਤਾਂ ਅਸੀਂ ਵੀਡੀਓਜ਼ ਨਹੀਂ ਕਰਦੇ ਗੇ, ਕਈ ਲੋਕ ਪਤਾ ਹੀ ਕਰਦੇ ਤੁਸੀਂ ਵਿਖਾਵਾ ਕਰਦੇ ਹੋ। ਹੁਣ ਮੈਂ ਕਹਿੰਦਾ ਜੇ ਵਿਖਾਵਾ ਕਰਨ ਨਾਲ ਇਹਨਾਂ ਦਾ ਕੁਛ ਹੱਲ ਹੁੰਦਾ ਤਾਂ ਅਸੀਂ ਵਿਖਾਵਾ ਕਰਤਾ ਵਾ, ਤੁਸੀਂ ਵੀ ਕਰ ਦਿਓ ਥੋੜਾ ਮੋਟਾ ਆ ਕੇ। ਸਾਰੇ ਵਿਖਾਵਾ ਬਹੁਤ ਵਧੀਆ, ਬਹੁਤ ਸਾਰੇ ਲੋਕ ਸਾਨੂੰ ਵੀ ਕਈ ਵਾਰ ਕਹਿ ਦਿੰਦੇ ਆ, ਕਮੈਂਟ ਬਾਕਸ ਦੇ ਵਿੱਚ ਵੀ ਲਿਖ ਦਿੰਦੇ ਵੀ ਤੁਸੀਂ ਜਾ ਕੇ ਉੱਥੇ ਬੋਲ ਬੋਲ ਕੇ ਆ ਜਾਂਦੇ ਹੋ, ਕਰਦੇ ਕੀ ਹੋ, ਉਹਨਾਂ ਨੂੰ ਅਸੀਂ ਇਹੀ ਆਹੀ ਮੈਸੇਜ ਇਹਨਾਂ ਦਾ ਦੇਣਾ ਚਾਹੁੰਦੇ ਹਾਂ, ਵਿਖਾਵਾ ਤੁਸੀਂ ਵੀ ਇਸ ਤਰ੍ਹਾਂ ਕਰਕੇ ਦੇਖੋ। ਅਸੀਂ ਪੱਖਿਆਂ ਤੇ ਨਾਂ ਨਹੀਂ ਲਿਖਾਉਂਦੇ ਆਪਦੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੇਖੋ ਜੀ, ਕਹਿੰਦੇ ਨਾ ਗੁਰਦੁਆਰਾ ਆਪਣੇ ਅੰਦਰ ਹੀ ਆ, ਮੰਦਰ ਆਪਣੇ ਅੰਦਰ ਹੀ ਆ, ਮਸਜਿਦ ਆਪਣੇ, ਪਰਮਾਤਮਾ ਆਪਣੇ ਅੰਦਰ ਹੀ ਆ, ਫਿਰ ਇਹਨਾਂ ਦੇ ਅੰਦਰ ਵੀ ਪਰਮਾਤਮਾ। ਬਿਲਕੁਲ, ਆਪਾਂ ਸਿੱਧਾ ਹੀ ਪਰਮਾਤਮਾ ਨਾਲ ਜੁੜਨ ਆ ਗਏ। ਜ਼ਰੂਰੀ ਨਹੀਂ, ਆਈ ਨਹੀਂ ਮੈਂ ਕਹਿੰਦਾ ਕਿ ਗੁਰਦੁਆਰੇ ਮੰਦਰਾਂ 'ਚ ਦਾਨ ਨਾ ਕਰੋ, ਤੁਸੀਂ ਕਰੋ, ਪਰ ਆਪਣੇ ਆਲੇ ਦੁਆਲੇ ਦੇਖੋ, ਜੇ ਰੱਬ ਦੇ ਜੀ ਭੁੱਖੇ ਮਰੀ ਜਾਂਦੇ, ਆਪਾਂ ਗੁਰਦੁਆਰੇ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਆਪਾਂ ਪੈਸੇ ਚੜ੍ਹਾਈ ਜਾਂਦੇ, ਮੈਂ ਕਹਿੰਦਾ ਕੋਈ ਫਾਇਦਾ ਹੀ ਨਹੀਂ ਜੀ। ਕੀ ਫਾਇਦਾ, ਤੁਸੀਂ ਦੱਸ ਦਿਓ ਚੀਜ਼ ਦਾ ਕੋਈ ਫਾਇਦਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਇਸ ਵਕਤ ਦੇਖ ਰਹੇ ਸੀ ਸਨੌਰ ਪਿੰਡ ਦੀ ਇਹ ਜਿਹੜੀ ਸਟੋਰੀ ਮੈਂ ਤੁਹਾਨੂੰ ਦਿਖਾਈ ਹੈ, ਸੋਹਨ ਲਾਲ ਜੀ ਦੀ ਗੱਲਬਾਤ ਕੀਤੀ ਹੈ, ਅੱਜ ਉਹਨਾਂ ਨਾਲ ਤੁਹਾਡੇ ਜ਼ਿਕਰ ਵੀ ਹੋਇਆ। ਸੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ, ਐਡਰੈਸ ਮੈਂ ਦੱਸ ਚੁੱਕਿਆ, ਨੰਬਰ ਤੁਹਾਨੂੰ ਦੱਸ ਚੁੱਕਿਆ, ਸੋ ਜਿਸ ਤਰ੍ਹਾਂ ਨਰੋਲਾ ਜੀ ਇੱਥੇ ਪਹੁੰਚਿਆ, ਤੁਸੀਂ ਵੀ ਇਹਨਾਂ ਦੇ ਘਰ ਆ ਕੇ ਇਹਨਾਂ ਦੀ ਮਦਦ ਕਰ ਸਕਦੇ ਹੋ, ਫਾਈਨੈਂਸ਼ਲੀ ਵੀ ਅਤੇ ਦਵਾਈਆਂ ਬੂਟੀਆਂ 'ਚ ਵੀ ਅਤੇ ਰਾਸ਼ਨ ਪਾਣੀ 'ਚ ਵੀ। ਹੋਰ ਬਹੁਤ ਸਾਰੀਆਂ ਜ਼ਰੂਰਤਾਂ ਨੇ, ਤੁਸੀਂ ਦੇਖ ਸਕਦੇ ਹੋ ਕਿੱਦਾਂ ਦੇ ਘਰ ਦੇ ਵਿੱਚ ਇਸ ਕਮਰੇ ਦੇ ਵਿੱਚ ਹੀ ਰਹਿੰਦੇ ਆ, ਜਿੱਥੇ ਕਿ ਸਫੈਦੀਆਂ ਵੀ ਹੁਣ ਜਿਹੜੀਆਂ ਇਹਨਾਂ ਦਾ ਸਾਥ ਛੱਡਦੀਆਂ ਨਜ਼ਰ ਆ ਰਹੀਆਂ ਨੇ। ਸੋ ਇਹ ਘਰ ਹੈ, ਇਸ ਥਾਂ ਦੇ ਉੱਤੇ ਇਹ 2 ਜੀਆਂ ਦਾ ਟੱਬਰ ਹੈ ਜਿਹੜਾ ਉਹ ਰਹਿ ਰਿਹਾ। ਕੋਈ ਵੱਡੀ ਗੱਲ ਨਹੀਂ ਤੁਹਾਡੇ ਮੇਰੇ ਵਰਗੇ ਲੋਕਾਂ ਦੇ ਲਈ ਕਿ ਇਹਨਾਂ ਦੀ ਅਸੀਂ ਮਦਦ ਕਰੀਏ, ਕਿਉਂਕਿ 70 ਸਾਲ ਦੀ ਉਮਰ ਦੇ ਵਿੱਚ ਜਿਹੜੀ ਘਾਲਣਾ ਇਹ ਘਾਲ ਰਹੇ ਹੈ, ਉਹ ਅੱਜ ਦੇ ਨੌਜਵਾਨ ਵੀ ਉਨੀ ਹਿੰਮਤ ਉਨੀ ਮਿਹਨਤ ਨਹੀਂ ਕਰ ਪਾਉਂਦੇ। ਸੋ ਗੁਜ਼ਾਰਿਸ਼ ਹੈ ਜੀ, ਇਹਨਾਂ ਦੀ ਮਦਦ ਜ਼ਰੂਰ ਕਰੋ, ਜ਼ਰੂਰ ਕਰੋ। ਧਨਾੜ ਧਨਾੜ ਪਰਿਵਾਰਾਂ ਨੂੰ ਅਪੀਲ ਕਰੋ, ਜਿਹੜੇ ਧਨਾੜ ਪਰਿਵਾਰ ਆ ਨਾ, ਜਿਹੜੇ ਇੱਥੋਂ ਦੀਆਂ ਮੈਂ ਦੇਖ ਕੇ ਆਇਆ, ਕਿੱਡੀਆਂ ਕਿੱਡੀਆਂ ਵੱਡੀਆਂ ਦੁਕਾਨਾਂ, ਕਿੱਡੀਆਂ ਕਿੱਡੀਆਂ ਕੋਠੀਆਂ, ਉਹਨਾਂ ਨੂੰ ਵੀ ਆਰਾਮ ਨਹੀਂ ਦਿਖਦਾ, ਇਹਨਾਂ ਦੀ ਵੀਡੀਓ ਕਿਤੇ ਉਹਨਾਂ ਨੂੰ ਦਿਖੀ ਨਹੀਂ ਹੋਊਗੀ। ਬਿਲਕੁਲ ਦਿਖੀ ਹੋਈ, ਤੁਹਾਨੂੰ ਦਿਖੀ, ਵਿਦੇਸ਼ਾਂ ਦਿਖੀ। ਤੁਸੀਂ ਗੱਡੀ ਤੇ ਲਾਉਂਦੇ ਹੋ, ਮੈਂ ਕਦੀ ਗੱਡੀ ਨਵੀਂ ਨਹੀਂ ਲੈਂਦਾ ਜੀ, ਮੈਂ ਪੁਰਾਣੀ ਲੈ ਕੇ ਆਉਂਦਾ, ਵੀ ਕੀ ਉਹ ਜਿਹੜਾ ਬਚੂਗਾ ਚਲੋ ਕਿਸੇ ਦੇ ਕੰਮ ਆਜੂ, ਕਿਸੇ ਟਾਈਮ ਨਵੀਂ ਵੀ ਲਈ ਹੋਊ 10-12 ਸਾਲ ਪਹਿਲਾਂ। ਹੁਣ ਮੇਰੀ ਇਹ ਆ ਸੋਚ ਵੀ ਆਸ ਪਾਸ ਦੀ ਆਪਣੀ ਹੈਲਪ ਕਰੋ, ਆਪਦੇ ਕਿਸੇ ਭੈਣ ਭਰਾ ਦੀ, ਜਾਂ ਜਿਵੇਂ ਹੁਣ ਇਹਨਾਂ ਦੀ ਕਈ ਵੀਡੀਓਜ਼ ਤਾਂ ਸਾਡੇ ਕੋਲ ਆ ਜਾਂਦੀਆਂ, ਹੁਣ ਕਈ ਲੋਕਾਂ ਦੀਆਂ ਵੀਡੀਓ ਨਹੀਂ ਵਾਇਰਲ ਹੁੰਦੀਆਂ, ਉਹ ਘਰੇ ਵਿਚਾਰੇ ਰੋਟੀ ਤੋਂ ਵੀ ਤੰਗ, ਪਰ ਗਵਾਂਢੀ ਨੂੰ ਆਪਦੇ ਬਾਹਰੋਂ ਜ਼ਿਆਦਾ ਨਾਲ ਦੇ ਦਾ ਪਤਾ ਹੁੰਦਾ। ਕਹਿੰਦੇ ਨਾ ਮੰਦਰ ਗੁਰਦੁਆਰੇ ਜਾਣ ਵਾਸਤੇ ਜਾਂ ਮਸਜਿਦ ਜਾਣ ਵਾਸਤੇ ਪਹਿਲਾਂ ਘਰੋਂ ਬਾਹਰ ਨਿਕਲਣਾ ਪੈਂਦਾ, ਜੇਕਰ ਤੁਹਾਡੇ ਨਾਲ ਦਾ ਕੋਈ ਬੰਦਾ ਭੁੱਖਾ ਜਾਂ ਪਰੇਸ਼ਾਨ ਹੈ, ਫਿਰ ਉੱਥੇ ਜਾ ਕੇ ਕੀ ਕਰੋਗੇ, ਉੱਥੇ ਤੁਹਾਨੂੰ ਕੋਈ ਫਾਇਦਾ ਨਹੀਂ ਮਿਲਣਾ। ਸੋ ਉਸ ਤਰ੍ਹਾਂ ਦੀ ਖੁਸ਼ੀ ਜੇਕਰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਆਪਣੇ ਨਾਲ ਦੇ ਆਂਢ ਗੁਆਂਢ ਦੇ ਵਿੱਚ ਜੇਕਰ ਕੋਈ ਦੁਖੀ ਜਾਂ ਪਰੇਸ਼ਾਨ ਹੈ ਜਾਂ ਕੋਈ ਇਸ ਤਰ੍ਹਾਂ ਦਾ ਪਰਿਵਾਰ ਹੈ ਜਿਹਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ, ਸਭ ਤੋਂ ਪਹਿਲਾਂ
ਤੁਹਾਨੂੰ ਦਵਾਈ ਬੂਟੀ ਦੀ ਲੋੜ ਆ, ਤੁਸੀਂ ਤਾਂ ਸਾਨੂੰ ਕਾਲ ਕਰਨੀ ਆ, ਕਿਸੇ ਚੀਜ਼ ਦੀ ਅੱਬਲ ਤਾਂ ਤੁਹਾਡੇ ਅਕਾਊਂਟ 'ਚ ਪੈਸੇ ਆ ਜਾਣੇ, ਤੁਹਾਨੂੰ ਹੱਥ ਅੱਡਣਾ ਹੀ ਨਹੀਂ ਪੈਣਾ ਗਾ, ਆ ਦੋ ਤਿੰਨ ਦਿਨਾਂ 'ਚ ਤੁਹਾਡੇ ਅਕਾਊਂਟ 'ਚ ਵਧੀਆ ਸੋਹਣੇ ਪੈਸੇ ਆ ਜਾਣਗੇ। ਹੁਣ ਇਹਨਾਂ ਦਾ ਉਹ ਚੱਲਦਾ ਨਹੀਂ, ਬੈਂਕ ਅਕਾਊਂਟ ਚੱਲਦਾ ਇਹਨਾਂ ਦੇ, ਨਾ ਅਕਾਊਂਟ 'ਚ ਟ੍ਰਾਂਸਫਰ ਕਰਦੇ ਪਏ ਥੋੜ੍ਹੇ, ਠੀਕ ਕੁਛ ਅਸੀਂ ਤੁਹਾਡੇ ਅਕਾਊਂਟ 'ਚ ਪਾ ਕੇ ਜਾਂਦੇ ਹਾਂ ਪੈਸੇ, ਕੁਛ ਲੋਕਾਂ ਨੂੰ ਅਪੀਲ ਕਰਦੇ ਹਾਂ ਇਹਨਾਂ ਦਾ ਅਕਾਊਂਟ ਨੰਬਰ ਇਹ ਸਰੀਰ ਹੈ ਨਾ ਜਿਹੜਾ, ਮੈਂ ਕਹਿੰਦਾ ਪਰਮਾਤਮਾ ਅਗਰ ਇਹ ਉਤਰ ਕੇ ਤੁਹਾਡੇ ਚਰਨਾਂ ਚ ਹੋ ਜਾਏ। ਨਹੀਂ 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 ਬਾਪੂ, ਨਾ ਨਾ ਨਾ, ਤੁਸੀਂ ਸਾਡੇ ਪਿਓ ਦੀ ਬਹੁਤ, ਮੈਂ ਅੰਦਰ ਰਚ ਨਹੀਂ ਸਕਦਾ ਵੀ ਮੈਂ ਤੁਹਾਨੂੰ ਕਿੰਨਾ ਮੇਰਾ ਮਾਣ ਕਰੇ, ਮੈਂ ਗਰੀਬ ਜਿਹਾ ਬੰਦਾ। ਉਹ ਨਹੀਂ ਬਾਪੂ, ਗਰੀਬ ਕਿਉਂ ਆ ਤੁਸੀਂ, ਤੁਸੀਂ ਅਮੀਰ, ਤੁਸੀਂ ਸਾਡੇ ਨਾਲੋਂ ਅਮੀਰ ਆ ਜਿਹੜਾ ਆਹ ਉਮਰ ਦੇ ਵਿੱਚ ਵੀ ਕੰਮ ਕਰਦਾ ਪਿਆ। ਧੀਆਂ ਦੇ ਮਾਪੇ ਨਾ ਕਦੇ ਵੀ ਗਰੀਬ ਨਹੀਂ ਹੁੰਦੇ। ਤੁਸੀਂ ਆ ਉਮਰ ਦੇ ਵਿੱਚ ਵੀ ਕੰਮ ਕਰਦੇ ਪਏ ਹੋ, ਲੋਕੀ ਨਸ਼ੇੜੀ ਘਰੇ ਬੈਠੇ ਆ, ਕੰਮ ਨਹੀਂ ਕਰਦੇ, ਮੰਗਣ ਤੁਰ ਪੈਂਦੇ ਆ, ਤੁਸੀਂ ਤਾਂ ਮੰਗਿਆ ਵੀ ਨਹੀਂ, ਤੁਸੀਂ ਆਪਣੇ ਮੂੰਹੋਂ ਤਾਂ ਮੰਗਿਆ ਵੀ ਨਹੀਂ, ਤੁਸੀਂ ਕਿਹਾ ਵੀ ਤੁਹਾਡੀ ਮਰਜ਼ੀ ਆ ਵੀ ਜਿਵੇਂ ਤੁਹਾਨੂੰ ਠੀਕ ਲੱਗੇ। ਤੁਸੀਂ ਫੇਰ ਵੀ ਮੈਂ ਕਹਿੰਦਾ ਦਲੇਰ ਹੋ ਆ ਉਮਰ 'ਚ ਸਾਈਕਲ ਤੇ 18 ਕਿਲੋਮੀਟਰ ਤੇ ਸਾਡੇ ਵਰਗੇ ਤਾਂ ਗੱਡੀ ਤੋਂ ਪੈਰ ਥੱਲੇ, ਅਸੀਂ ਤੁਹਾਡੇ ਚਰਨਾਂ ਦੀ ਧੂੜ ਆ ਜੀ, ਤੁਸੀਂ ਨਹੀਂ। ਇਹ ਤਾਂ ਪਰਮਾਤਮਾ ਨੇ ਠੀਕ ਆ ਵਕਤ ਪਾ ਤਾ, ਕੋਈ ਨਹੀਂ ਨਾਲ ਉਹ ਜੇ ਬੱਚੇ ਖੜਾ ਦੇ ਤੁਹਾਡੇ। ਜੋ ਚੀਜ਼ ਤੁਹਾਡੇ ਅੰਦਰ ਮੈਂ ਦੇਖੀ ਹੈ ਨਾ, ਮਾਣ ਆਦਰ ਪਿਆਰ, ਘਰੋਂ ਸੰਸਕਾਰ ਮਿਲੇ ਹੋਏ ਜੀ ਵਧੀਆ, ਮੇਰੇ ਫਾਦਰ ਸਾਹਿਬ ਵੀ ਏਦਾਂ ਹੀ ਗੁਰੂ ਨਾਲ ਜੁੜੇ ਹੋਏ ਆ, ਬਸ ਸੰਸਕਾਰ ਮਿਲੇ ਹੋਏ ਆ ਉਹਦੇ, ਕੁਛ ਬੱਚੇ ਵਧੀਆ ਜੀ, ਨਹੀਂ ਬੱਚੇ ਬੜੇ ਉਹ ਕੀ ਕਰਦੇ ਆ, ਆਮ ਬੱਚਿਆਂ ਨੂੰ ਹੁੰਦਾ ਸੀ ਇੱਥੇ ਖਰਚ ਲਈਏ ਉੱਥੇ ਖਰਚ ਲਈਏ, ਸਾਡੇ ਬੱਚਿਆਂ ਨੂੰ ਇਹ ਹੁੰਦਾ ਚਲੋ ਪਾਪਾ ਵੀ ਹੈਲਪ ਕਰਿਆ, ਮੇਰੇ ਡੈਡੀ ਨੇ ਸਿਖਾਇਆ ਮੈਂ ਉਹਨਾਂ ਨੂੰ ਸਿਖਾ ਤਾ, ਤੇ ਪਰਮਾਤਮਾ ਨੇ ਕੁਛ ਲਪੋਇਆ ਵੀ ਨਹੀਂ ਜੀ, ਬਹੁਤ ਖੁਸ਼ ਹਾਂ। ਮੈਨੂੰ ਇਹ ਨਹੀਂ ਹੁੰਦਾ ਮੇਰੇ ਅਕਾਊਂਟ 'ਚ ਪੈਸੇ ਹੋਣ, ਮੈਨੂੰ ਇਹ ਹੁੰਦਾ ਅਕਾਊਂਟ 'ਚ ਨਾ ਹੋਣ, ਜਿਹਨੂੰ ਲੋੜ ਆ ਉਹਦੇ ਕੋਲ ਹੁਣ, ਪਰਮਾਤਮਾ ਫਿਰ ਦੇ ਦਿੰਦਾ ਪਿਓ। ਚਲੋ ਦੇਖਿਆ ਜੀ, ਫਿਰ ਦਾਨ ਤੋਂ ਦਾਨ ਕਰ ਲਿਆ ਜੀ, ਪਰ ਤੁਹਾਡੀ ਨਾਮ ਜੈ ਜੈਕਾਰ ਹੈ, ਇਹ ਵੀ ਆਪਣੇ ਵੀਡੀਓ ਵਾਲੇ ਵਿਚਾਰੇ ਆਏ ਵੀ ਇਹਨਾਂ ਨੇ ਮਾਣ ਆਦਰ ਆਪਣਾ ਵਧੀਆ ਜੀ ਆਪਦਾ ਟਾਈਮ ਕੱਢ ਕੇ ਆਏ, ਤੁਹਾਡੀ ਵੀਡੀਓ ਲੋਕਾਂ ਤੱਕ ਪਹੁੰਚੂ, ਚਲੋ ਤੁਹਾਡਾ ਬੁਢਾਪਾ ਸਬਰ ਜੂ ਥੋੜਾ। ਮੈਂ ਕਿਹਾ ਜੀ ਬਸ ਇਹੀ ਆਪਾਂ ਨੂੰ ਚਾਹੀਦਾ, ਆਪਾਂ ਨੂੰ ਇਹ ਨਹੀਂ ਵੀ ਮੈਂ ਨੋਟ ਪਏ ਰਹਿਣ ਮੇਰੇ ਕੋਲ, ਮੈਂ ਨੋਟਾਂ ਕਰਨੀ, ਰੋਟੀ ਦਿੰਦਾ ਰੋਟੀ ਨਾਲ ਹੀ ਭਰਨਾ। ਨਹੀਂ ਤੁਹਾਡਾ ਜਿਹੜਾ ਆਹੀ ਆ ਨਾ ਜਿਹੜਾ ਠਰਮੇ ਵਾਲੇ ਹੋ, ਜਿਹੜਾ ਤੁਹਾਨੂੰ ਕੋਈ ਲਾਲਚ ਨਹੀਂ, ਪਰਮਾਤਮਾ ਨੇ ਸਾਨੂੰ ਭੇਜਿਆ ਹੀ ਤਾਂ। ਦੇਖੋ ਆਪਾਂ ਬਿਲਕੁਲ ਹੀ ਉਹਨੇ ਆਪਾਂ ਦਾ ਕੋਈ ਕੱਪੜਾ ਲੀੜਾ ਦੇ ਜੇ ਉਹ ਵੀ ਪਾ ਦਿੰਦੇ ਜੀ, ਮੈਂ ਤਾਂ ਇਹੀ ਸਾਰਿਆਂ ਨੂੰ ਫੇਰ ਰਿਕੁਐਸਟ ਕਰਦਾ, ਜਿਹੜੇ ਅਮੀਰ ਬੰਦੇ ਆ, ਜਿਹੜੇ ਚੰਗੇ ਚੰਗੇ ਘਰਾਂ ਦੇ ਆ ਯਾਰ, ਆਪਦੇ ਆਲੇ ਦੁਆਲੇ ਤੁਸੀਂ ਝਾਤੀ ਮਾਰੋ, ਤੁਸੀਂ ਆਸਾ ਪਾਸਾ ਦੇਖੋ, ਜਿਹਨੂੰ ਲੋੜ ਆ ਕਿ 5-4 ਹਜ਼ਾਰ ਨਾਲ ਮੇਰੇ ਖਿਆਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਇਹਨਾਂ ਦਾ 5-7 ਹਜ਼ਾਰ ਦਾ ਰਾਸ਼ਨ ਲੱਗਦਾ ਨਹੀਂ ਹੋਣਾ ਮਹੀਨੇ ਦਾ ਤੁਹਾਡਾ, ਦੋ ਜੀਓ ਕਿੰਨਾ ਕੁ ਚਾਹੀਦਾ, ਕਿਤੇ ਇੱਕ ਦੂਜੇ ਦੀ ਆਪਾਂ ਆਈ ਹੈਲਪ ਕਰੀ ਜਾਈਏ, ਕੋਈ ਬੰਦਾ ਦੁਖੀ ਰਵੇ ਹੀ ਨਾ ਜੀ। ਇਹਨਾਂ ਜੀ ਮਹੀਨਾ ਡੇਢ ਜਦੋਂ ਲੱਤ ਕੱਟੀ ਹੈ ਨਾ ਭਾਅ ਜੀ, ਤੁਹਾਨੂੰ ਮੈਂ ਦੱਸਾਂ ਹਕੀਕਤ ਦੱਸ ਰਿਹਾ, ਮੈਂ ਕਿਸੇ ਮੁੰਡੇ ਨਾਲ ਹੱਥ ਨਹੀਂ ਕਰਿਆ। ਦੇਖੋ ਜਦੋਂ ਕਿਹੜਾ ਵੀਡੀਓ ਬਣੀ ਸੀ ਜੀ, ਇਹਨਾਂ ਬਾਰੇ ਜੀ ਇੱਕ ਬੰਦਾ ਆਇਆ ਕਹਿੰਦਾ ਬਾਬੇ ਕਿਆ ਬਾਤ ਹੈ, ਜੋ ਰੋਟੀ ਰੁਟੀ ਮੈਨੂੰ ਖਾਣਾ ਰੋਟੀ ਪਾਣੀ ਉੱਥੋਂ ਦਿੰਦੇ ਰਹੇ ਹੈ, ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਮੇਰੇ ਘਰ ਆਟਾ ਨਹੀਂ, ਕਹਿੰਦਾ ਬਾਬਾ ਜੀ ਰੋਟੀ ਨਹੀਂ ਲਿਆਉਂਦੇ, ਮੈਂ ਕਿਹਾ ਟਾਈਮ ਹੀ ਨਹੀਂ ਲੱਗਦਾ, ਮੈਂ ਕਿਹਾ ਜਦ ਨੂੰ ਘਰ ਦੇ ਉੱਠਦੇ ਉਹਨਾਂ ਦਾ ਕੱਪੜਾ ਲੀੜਾ ਤੁਹਾਨੂੰ ਪਤਾ ਪੋਸ਼ਾਕ ਤੁਹਾਨੂੰ ਪਤਾ ਹੀ, ਆਪੀ ਸਮਝਦਾਰ ਹੋ ਤੁਸੀਂ, ਔਖਾ ਹੋ ਜਾਂਦਾ ਹੈ ਉੱਥੇ ਤੱਕ ਨਹੀਂ ਜਾਇਆ ਜਾਂਦਾ, ਜੇ ਵਿਗਣ ਲੱਤ ਲੱਗਦੀ ਕਰੋ ਆਪਣੀ ਗੋਡੀ ਹੋ ਜਾਏ, ਕਿੱਦਾਂ ਕਰਕੇ ਆਪਣੇ ਚੁਸਕੇ ਤੋਂ ਵੱਗ ਜਾਏ ਕਰੇਗੀ ਹੈ। ਇਹਨਾਂ ਦੇ ਲੱਤ ਨੂੰ ਕੀ ਹੋ ਕੀ ਗਿਆ ਸੀ? ਲੱਤ ਜੀ ਇੱਦਾਂ ਦੀ ਸਭ ਜੀ, ਇਹਨਾਂ ਦਿਹਾੜੀ ਜਾਂਦੇ ਜੀ। ਅੱਛਾ, ਇਹ ਵੀ ਕੰਮ ਕਰਦੇ ਸੀ? ਹਾਂ ਜੀ, ਇਹ ਬੈਠੇ ਤਾਹੀਂ ਤਾਂ ਮੈਂ ਮਰ ਗਿਆ ਜੀ, ਇਹ ਰਹਿ ਗਿਆ ਨਾ ਮੇਰਾ ਰੱਬ ਹੀ ਰੁੱਸ ਗਿਆ। ਨਹੀਂ ਕਿੱਥੇ, ਚਲੋ 7-8 ਹਜ਼ਾਰ ਤੁਹਾਡਾ ਇਹਨਾਂ ਦਾ ਰਲ ਕੇ ਡਬਲ ਹੋ ਜਾਂਦਾ, 200 ਰੁਪਈਆ ਮਿਲਦੀ ਤੀ ਦਿਹਾੜੀ ਇਹਨਾਂ ਨੂੰ ਜੀ, ਬਾਹਰ ਖੇਤ ਜੀਰੀ ਡਾਣੀ ਦੀ ਸਬਜ਼ੀ ਭਾਜੀ ਜਾਣੀ ਕਿ ਤੁਹਾਨੂੰ ਇਹੋ ਜਿਹੇ ਧੁੱਪਾਂ 'ਚ ਕੰਮ ਕਰਦੀ ਸੀ, ਮਾਂ ਦੀ ਬੱਚੀ ਨੇ ਉਸਨੇ ਮੇਰਾ ਸਾਥ ਪੂਰਾ ਦਿਆ ਸੀ, ਇਹਨੇ ਕਦੇ ਨਹੀਂ ਉਹ ਨਹੀਂ ਕਿਹਾ ਵੀ ਤੂੰ ਕਿੱਧਰ ਜਾ ਰਿਹਾ ਕਿੱਧਰ ਆ ਰਿਹਾ, ਟੋਕਿਆ ਨਹੀਂ ਜੀ, ਦਿਹਾੜੀ ਧੁੱਪਾਂ ਕਰਦੀ ਸੀ, ਦੁੱਧ ਦਾ ਪਾਣੀ ਦਾ ਜੋ ਮੇਰੇ ਕੋਲ ਸਬਜ਼ਾ ਦੁੱਧ ਨੂੰ ਮੈਨੂੰ ਮਿਲਦਾ ਕਿ ਆਪਾਂ ਲਿਆ ਕੇ ਇਹਨੂੰ ਫੜਾ ਦਿੰਦੇ। ਹੁਣ ਜਿੱਦਣ ਦੀ ਇਹ ਬਹਿ ਗਈ ਨਾ ਮੇਰਾ ਤਾਂ ਨਾ ਮਨ ਵੀ ਟੁੱਟਿਆ, ਅਤੇ ਮਤਲਬ ਕੋਈ ਨਹੀਂ ਬਾਪੂ ਜੀ, ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ, ਬਸ
ਤੁਹਾਨੂੰ ਜਦੋਂ ਜ਼ਰੂਰਤ ਆ ਤੁਸੀਂ ਕਾਲ ਕਰ। ਅਸੀਂ ਨੀਚੇ ਇਹਨਾਂ ਦਾ ਕੋਸ਼ਿਸ਼ ਕਰਦੇ ਹਾਂ ਗੂਗਲ ਪੇ ਨੰਬਰ ਦੇਣ ਦੀ, ਨਹੀਂ ਤਾਂ ਬੈਂਕ ਅਕਾਊਂਟ ਅਸੀਂ ਇਹਨਾਂ ਦਾ ਪਾਵਾਂਗੇ, ਤਾਂ ਜ਼ਰੂਰ ਤੁਸੀਂ ਜਿੰਨਾ ਹੋ ਸਕਦਾ ਇਹਨਾਂ ਨੂੰ ਹੈਲਪ ਕਰਿਓ। ਕੋਸ਼ਿਸ਼ ਕਰਦੇ ਹਾਂ ਇਹਨਾਂ ਦਾ ਅੱਜ ਹੀ ਆਪਾਂ ਗੂਗਲ ਪੇ ਚਲਾ ਕੇ ਜਾਈਏ ਜੀ, ਅਤੇ ਇਹ ਸਾਰਾ ਪੈਸਾ ਇਹਨਾਂ ਦੇ ਅਕਾਊਂਟ 'ਚ ਹੀ ਜਾਣਾ ਵਾ, ਸਾਡਾ ਉਹਦੇ ਵਿੱਚ ਕੋਈ ਨੰਬਰ ਨਹੀਂ ਹੋਊਗਾ, ਕੋਈ ਕੁਛ ਨਹੀਂ। ਆਹ ਬਾਈ ਜੀ ਦੇ ਨਾਮ 'ਤੇ ਇਹਨਾਂ ਦਾ ਅਕਾਊਂਟ ਆ, ਇਹਨਾਂ ਦਾ ਹੀ ਗੂਗਲ ਪੇ ਨੰਬਰ ਹੋਊਗਾ ਜੀ, ਅਤੇ ਹੱਥ ਜੋੜ ਕੇ ਫਿਰ ਬੇਨਤੀ ਹੈ ਜ਼ਰੂਰ ਜੀ ਇਹਨਾਂ ਦੀ ਹੈਲਪ ਕਰਿਓ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਹੀਰਾ ਮੰਨਦਾ, ਜਿਹੜੇ ਬੰਦੇ ਚ ਲਾਲਚ ਹੀ ਹੈ ਮੋਟਰਸਾਈਕਲ ਵੇਚ ਵੀ ਸਕਦੇ ਸੀ ਲੈ ਕੇ, ਪਰ ਤੁਸੀਂ ਫੇਰ ਵੀ ਨਹੀਂ ਲਿਆ, ਤਾਂ ਹੀ ਪਰਮਾਤਮਾ ਝੋਲੀਆਂ ਭਰਦਾ ਜੀ। ਉੱਪਰ ਜਾਣਾ ਮੇਰਾ ਰਾਹ ਨੂੰ ਜਾਣਾ ਸੀ ਜੀ। ਨਹੀਂ ਠੀਕ ਆ ਮਾਤਾ, ਇਹੀ ਤੁਹਾਡੀ ਇਮਾਨਦਾਰੀ ਕਰਕੇ ਤਾਂ ਰੱਬ ਨੇ ਹੁਣ ਜੋੜਿਆ ਆਪਾਂ ਨੂੰ। ਅਸੀਂ ਜਗਰਾਉਂ ਰਹਿੰਦੇ ਹਾਂ ਬਾਪੂ, ਜਗਰਾਉਂ ਲੁਧਿਆਣੇ ਦੇ ਨਾਲ ਹੀ ਹੈ 25-30 ਕਿਲੋਮੀਟਰ।